ਭਾਈ ਸਾਹਿਬ ਭਾਈ ਗੁਰਦਾਸ ਇੱਕ ਦੀ ਵਿਆਖਿਆ ਬਹੁਤ ਕਮਾਲ ਦੀ ਕਰਦੇ ਨੇ। ਭਾਈ ਸਾਹਿਬ ਕਹਿੰਦੇ ਨੇ ਕਿ ਇੱਕ ਸ਼ੀਸ਼ੇ ਵਿੱਚੋਂ ਚਿਹਰਾ ਦੇਖੇਗਾ ਅਤੇ ਆਪਣੀ ਅਸਲੀਅਤ ਦਿਸੇਗੀ। ਦੋ ਸ਼ੀਸ਼ੇ ਬਰਾਬਰ ਰੱਖ ਕੇ ਦੇਖੇਗਾ, ਇੱਕ ਚਿਹਰੇ ਦੀ ਥਾਂ 'ਤੇ ਹਜ਼ਾਰਾਂ ਚਿਹਰੇ ਬਣ ਸਕਦੇ ਨੇ। ਦੋ ਸ਼ੀਸ਼ਿਆਂ ਵਿੱਚੋਂ ਆਹਮਣੇ ਸਾਹਮਣੇ ਇੱਕ ਸ਼ੀਸ਼ੇ ਵਿੱਚੋਂ ਇੱਕ ਹੈ। ਇੱਕ 'ਤੇ ਭਰੋਸਾ, ਇੱਕ 'ਤੇ ਯਕੀਨ ਬਣਾ ਅਤੇ ਇੱਕ ਦੇ ਨਾਮ ਨੂੰ ਜਪ। ਉਹ ਇੱਕ ਕੌਣ ਹੈ? ਹੁਣ ਉਸ ਇੱਕ ਨੂੰ ਇਹ ਨਾ ਸਮਝੋ ਕਿ ਸਿੱਖਾਂ ਦਾ ਰੱਬ। ਉਹ ਇੱਕ ਉਹ ਹੈ ਜਿਹੜਾ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਅਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਉਹ ਜਿਹੜਾ ਇੱਕ ਹੈ ਨਾ, ਹੋ ਪਿਆਰਿਓ, ਕਿਸੇ ਇੱਕ ਸੰਪਰਦਾ ਦਾ ਵੱਧਾ ਹੋਇਆ ਨਹੀਂ। ਬਖਸ਼ ਦਿਓ, ਜੇ ਕੋਈ ਬੰਦਾ ਦਾਅਵਾ ਕਰੇ ਇੱਕ ਸਾਡਾ ਕਿਹੜਾ ਹੈ ਜਿਹਦਾ ਉਹ ਮੇਰਾ ਪਰਮਾਤਮਾ ਨਹੀਂ? ਆਪ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਪਿਛਲੇ ਦਿਨੀ ਬਚਨ ਆਇਆ ਸੀ, ਅਕਿਰਤ ਘਣਾ ਨੂੰ ਪਾਲਦਾ। ਉਹ ਇੱਕ ਤਾਂ ਅਕਿਰਤ ਘਣਾ ਦਾ ਵੀ ਹੈ। ਹਜ਼ੂਰ ਕਹਿੰਦੇ ਨੇ ਪਿਆਰੇ, ਜਪ ਮਨ ਨਾਮ ਏਕ ਅਪਾਰ, ਇੱਕ ਪਰਮਾਤਮਾ ਦੇ ਨਾਮ ਨੂੰ ਜਪ। ਹੁਣ ਬੰਦਾ ਕਹਿੰਦਾ ਵੀ ਜਪੀਏ ਕਿਉਂ? ਆਖਰ ਜੇ ਜਪਣਾ ਕਾਰਨ ਕੀ, ਕਿਉਂ ਜਪੀਏ? ਸਾਹਿਬ ਕਹਿੰਦੇ ਨੇ ਪ੍ਰਾਣ ਮਨ ਤਨ ਜਿਨ ਹੈ ਦੀਆ। ਇੱਥੇ ਧਨ ਦੀ ਗੱਲ ਨਹੀਂ ਕੀਤੀ ਗਈ, ਸਿਰਫ ਤਿੰਨ ਬਚਨ ਕੀਤੇ ਨੇ, ਪ੍ਰਾਣ ਮਨ ਅਤੇ ਤਨ। ਧਨ ਨਹੀਂ ਕਿਹਾ। ਕਹਿੰਦੇ ਨੇ ਉਸ ਪਰਮਾਤਮਾ ਦਾ ਚਿੰਤਨ ਕਰ ਜਿਹਨੇ ਤੇਰੇ ਅੰਦਰ ਪ੍ਰਾਣਾਂ ਦਾ ਸੰਚਾਰ ਕੀਤਾ। ਜਿਸ ਪਰਮਾਤਮਾ ਨੇ ਤੈਨੂੰ ਮਨ ਦਿੱਤਾ, ਉਸ ਵਾਹਿਗੁਰੂ ਦਾ ਸ਼ੁਕਰ ਕਰ ਜਿਹਨੇ ਪ੍ਰਾਣ ਅਤੇ ਮਨ ਟਿਕਾ ਕੇ ਉੱਤੇ ਸਰੀਰ ਦਾ ਢਾਂਚਾ ਤਨ ਬਣਾ ਦਿੱਤਾ। ਧਨ ਦੀ ਗੱਲ ਨਹੀਂ ਕੀਤੀ, ਕਿਉਂ? ਕਿਉਂਕਿ ਜਦੋਂ ਪ੍ਰਾਣ ਤਨ ਅਤੇ ਮਨ ਜਾਂਦਾ ਦਿਸ਼ੇ, ਉਦੋਂ ਕਈ ਵਾਰੀ ਬੰਦੇ ਕਹਿੰਦੇ ਨੇ ਭਾਵੇਂ ਸਾਰਾ ਘਰ ਵਿਕ ਜਾਏ ਪਰ ਯਤਨ ਕਰੋ, ਰੱਬ ਮਿਹਰ ਕਰੇ, ਸਰੀਰ ਬਚਿਆ ਰਹੇ। ਅਸੀਂ ਇਹੀ ਕਹਿੰਦੇ ਹਾਂ ਨਾ, ਇਹਦਾ ਮਤਲਬ ਉੱਥੇ ਆ ਕੇ ਧਨ ਦੀ ਕੋਈ ਕੀਮਤ ਨਹੀਂ ਰਹਿੰਦੀ ਜਿੱਥੇ ਤਨ ਦਾ ਤੇ ਲੱਗ ਜਾਏ। ਜਿਸ ਪਰਮਾਤਮਾ ਨੇ ਤੈਨੂੰ ਪ੍ਰਾਣ ਦਿੱਤੇ, ਤੈਨੂੰ ਮਨ ਦਿੱਤਾ, ਤੈਨੂੰ ਤਨ ਦਿੱਤਾ, ਇਹਨੂੰ ਸਾਹਿਬ ਨੇ ਕਿਹਾ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ। ਫਟਾਫਟ ਬੋਲਣਾ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਇਸ ਕਰਕੇ ਤੂੰ ਜਪ, ਜੇ ਪ੍ਰਸਾਦ ਅਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸੁਨੇਹੀ। ਬਾਬਾ ਜੀ ਨੇ ਕਿਹਾ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਗੁਰਮੁਖਾ ਤਿਸ ਠਾਕੁਰ ਕੋ ਰੱਖ ਮਨ ਮਾਹੇ। ਜਪ ਮਨ ਨਾਮ ਏਕ ਅਪਾਰ, ਪ੍ਰਾਣ ਮਨ ਤਨ ਦੀਆ। ਕੋਈ ਬੰਦਾ ਪ੍ਰਾਣ ਨਹੀਂ ਕਿਸੇ ਨੂੰ ਦੇ ਸਕਦਾ, ਕੋਈ ਬੰਦਾ ਤਨ ਨਹੀਂ ਵਾਪਸ ਲਿਆ ਸਕਦਾ। ਕਬੀਰ ਸਾਹਿਬ ਨੇ ਤਾਂ ਤਨ ਤੁਰਨ ਲੱਗਿਆ ਇਹ ਵੀ ਬਚਨ ਕਹਿ ਸਨ, ਕਹਿੰਦੇ ਨੇ ਬੜੀ ਜੋੜ ਤੋੜ ਤੂੰ ਕਰਦਾ ਰਿਹਾ ਜਿਉਂਦੇ ਜੀ। ਰੁਪਈਏ ਨਾਲ ਬੰਦੇ ਵੀ ਖਰੀਦੇ ਅਤੇ ਖਰੀਦੇ ਜਾਂਦੇ ਨੇ। ਅਸੀਂ ਦੇਖਦੇ ਹਾਂ ਕਿ ਧਨ ਨਾਲ ਲੋਕ ਖਰੀਦੇ ਜਾਂਦੇ ਨੇ, ਧਨ ਨਾਲ ਨੇਤਾ ਖਰੀਦੇ ਜਾਂਦੇ ਨੇ, ਧਨ ਨਾਲ ਵੋਟ ਖਰੀਦੇ ਜਾਂਦੇ ਨੇ, ਧਨ ਨਾਲ ਧੜੇ ਕਾਇਮ ਕੀਤੇ ਜਾਂਦੇ ਨੇ। ਕਹਿਣ ਲੱਗੇ ਉਹ ਲੋਕਾਂ ਦੇ ਤਨ ਨੂੰ ਖਰੀਦਣ ਵਾਲਿਆਂ, ਆਹ ਤੇਰਾ ਤਨ ਚੱਲੀ, ਜੇ ਤੇਰੇ ਕੋਲ 4 ਟਕੇ ਨੇ ਤਾਂ ਤਨ ਦੁਬਾਰਾ ਲੈ ਕੇ ਦਿਖਾ। ਕਬੀਰ ਇਹ ਤਨ ਜਾਏਗਾ, ਤੁਰ ਲੱਗਾ ਤਨ। ਸਾਹਿਬ ਕਹਿਣ ਲੱਗੇ ਪ੍ਰਾਣ ਮਨ ਤਨ ਜਿਨ੍ਹੇ ਦੀਆਂ, ਕਬੀਰ ਇਹ ਤਨ ਜਾਏਗਾ। ਸਕੋ ਤਾਂ ਲਿਖੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨਕੇ, ਲੱਖ ਕਰੋੜ ਤਨ ਆਇਆ ਕਿਸੇ ਕੋਲ? ਸਾਹਿਬ ਕਹਿੰਦੇ ਨੇ ਜਿਨ੍ਹੇ ਦੀਆ ਹਿਰਦੈ ਕਾ ਆਧਾਰ, ਜਿਹੜਾ ਪਰਿਪੂਰਨ ਪਰਮਾਤਮਾ ਤੇਰੇ ਅੰਦਰ ਦਾ ਆਧਾਰ ਹੈ। ਹੁਣ ਸੱਚੇ ਪਾਤਸ਼ਾਹ ਇਹਨੂੰ ਥੋੜ੍ਹਾ ਜਿਹਾ ਨਾ ਤਰਤੀਬ ਬਣਾ ਕੇ ਦੇ ਅਰਥ ਕਰਨੇ ਨੇ, ਅਤੇ ਮੈਂ ਇੱਕ ਬੇਨਤੀ ਕਰਾਂ ਕਿ ਆਪਣਾ ਵਿਸ਼ਾ ਸ਼ਬਦ ਵਿਚਾਰ ਹੈ, ਸ਼ਬਦ ਦੀ ਵਿਚਾਰ ਵੱਲ, ਅੱਖਰੀ ਅਰਥਾਂ ਵੱਲ ਜ਼ਰੂਰ ਤਵੱਜੋ ਦਿਆ ਕਰੋ। ਰਹਾਓ ਦੇ ਬਚਨ ਸਨ ਮੇਰੇ ਮਨ ਇੱਕ ਨੂੰ ਜਪ ਲੈ,
ਜਪਣਾ ਕਿਉਂ ਹੈ ਜਿਹਨੇ ਤਨ ਦਿੱਤਾ, ਪ੍ਰਾਣ ਦਿੱਤੇ ਅਤੇ ਮਨ ਦਿੱਤਾ? ਹੁਣ ਕਿਹਾ ਵੀ ਜਪ ਕੇ ਮਿਲੇਗਾ ਕੀ? ਕਹਿਣ ਲੱਗੇ ਕੁਛ ਕਰਨ ਵਾਸਤੇ ਆਇਆ। ਸੰਚ ਹਰ ਧਨ, ਸੰਚ ਦਾ ਅਰਥ ਹੁੰਦਾ ਇਕੱਠਾ ਕਰਨਾ, ਸੰਗ੍ਰਹਿ ਕਰਨਾ, ਜੋੜਨਾ। ਹਰ ਧਨ ਜਿੱਥੇ ਤੂੰ ਸੰਸਾਰ ਦਾ ਧਨ, ਪਹਿਲਾਂ ਤਾਂ ਧਨ ਕਈ ਮੰਨੇ ਜਾਂਦੇ ਸਨ, ਗੋ ਧਨ, ਗਜ਼ ਧਨ, ਬਾਜ ਧਨ, ਇਹ ਸਾਰੇ ਧਨ ਸਨ, ਪਸ਼ੂਆਂ ਦਾ ਧਨ, ਘਰਾਂ ਦਾ ਧਨ। ਸਾਹਿਬ ਕਹਿੰਦੇ ਨੇ ਉਹ ਧਨ ਇਕੱਤਰ ਕੀਤੇ ਜੇ ਸੰਚੇ ਹੋਏ ਨੇ, ਕਦੀ ਫੂਕੇ ਨਹੀਂ ਜਾਣਾ। ਸੰਚ ਹਰ ਧਨ, ਪਰਮਾਤਮਾ ਦੇ ਨਾਮ ਤੁਹਾਨੂੰ ਇਕੱਠਾ ਕਰ ਲਓ ਮਨਾ, ਕਿਉਂਕਿ ਜੇ ਨਾ ਇਕੱਠਾ ਕੀਤਾ ਤਾਂ ਫਿਰ ਸਾਰੇ ਅੱਗੇ ਤੁਰਨਗੇ, ਸਾਰਿਆਂ ਦੇ ਕੋਲ ਖਰਚੇ ਹੋਣਗੇ ਅਤੇ ਤੂੰ ਭਿਖਾਰੀ ਬਣਿਆ, ਉੱਥੇ ਤਾਂ ਭਿਖਾਰੀ ਬਣਿਆ ਵੀ ਕੁਛ ਨਹੀਂ ਪੱਲੇ ਪੈਣਾ। ਸੰਚ ਹਰ ਧਨ, ਅਤੇ ਕਿਵੇਂ ਸੰਚੀਏ ਜੀ? ਆਖਰ ਇਕੱਠਾ ਕਿਵੇਂ ਕਰੀਏ? ਧਨ ਇਕੱਠੇ ਕਰਨ ਦੇ ਤਰੀਕੇ ਨੇ, ਕੋਈ ਖੇਤੀ ਕਰਦਾ, ਕੋਈ ਬਿਜ਼ਨਸ ਕਰਦਾ, ਕੋਈ ਨੌਕਰੀ ਕਰਦਾ, ਕੋਈ ਵਪਾਰ ਕਰਦਾ, ਕੋਈ ਖੱਟੀ 'ਤੇ ਬੈਠਦਾ, ਕੋਈ ਹੋਰ ਕੰਮ ਕਰਦਾ। ਸਾਨੂੰ ਦੱਸੋ ਹਰ ਧਨ ਕਿਵੇਂ ਇਕੱਠਾ ਕੀਤਾ ਜਾਂਦਾ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਪੂਜ ਸਤਿਗੁਰ, ਸਤਿਗੁਰੂ ਨੂੰ ਪੂਜਿਆ ਕਰ, ਸਤਿਗੁਰੂ ਨੂੰ ਪੂਜ। ਹੁਣ ਪੂਜਣ ਦਾ ਅਰਥ ਕੀ? ਫਿਰ ਬੇਨਤੀ ਸਮਝਿਓ, ਧੰਨ ਇਕੱਠਾ ਹੋਣਾ ਗੁਰੂ ਪੂਜ ਕੇ। ਜਦੋਂ ਪੂਜਾ ਸ਼ਬਦ ਆ ਜਾਂਦਾ, ਹੁਣ ਕਈ ਤਾਂ ਇਹ ਵੀ ਕਹਿੰਦੇ ਨੇ ਸਤਿਗੁਰੂ ਜੀ ਨੇ ਪੂਜਾ ਦੀ ਗੱਲ ਹੀ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਪੂਜਾ ਦੀ ਗੱਲ ਕੀਤੀ ਹੈ ਪਰ ਕਰਮ ਕਾਂਡੀ ਪੂਜਾ ਦੀ ਗੱਲ ਨਹੀਂ ਕੀਤੀ। ਗੁਰੂ ਸਾਹਿਬ ਕਹਿੰਦੇ ਨੇ ਪੂਜਾ ਕਰ, ਚੰਦਨ ਲੈ ਕੇ ਆਵੀਂ, ਉਰਸਾ ਲੈ ਕੇ ਆਵੀਂ, ਰਗੜੀ। ਪਤਾ ਉਹ ਚੰਦਨ ਉਹ ਉਰਸਾ ਕਿਹੜਾ? ਬਾਹਰ ਦੀ ਪੂਜਾ ਨਹੀਂ, ਤੇਰਾ ਨਾਮ ਕਰੀ ਚਣਨਾਠੀਆ, ਪੂਜ ਸਤਿਗੁਰ, ਤੇਰਾ ਨਾਮ ਕਰੀ ਚਣਨਾਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ ਘੱਟ ਅੰਤਰ, ਪੂਜਾ ਹੋਏ ਪੂਜਾ ਕੀਚੈ, ਪੂਜ ਸਤਿਗੁਰ, ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਪੂਜ ਸਤਿਗੁਰ ਕਿਵੇਂ ਪੂਜ? ਤਨ ਮਨ ਅਰਪੂੰ, ਰਵਿਦਾਸ ਭਗਤ ਸਾਹਿਬ ਜੀ, ਤਨ ਮਨ ਅਰਪੂੰ ਪੂਜ ਚੜ੍ਹਾਵੂੰ, ਗੁਰਪ੍ਰਸਾਦ ਨਿਰੰਜਨ ਪਾਵੂੰ, ਸੰਚ ਹਰ ਤਨ ਪੂਜ ਸਤਿਗੁਰ, ਤਨ ਮਨ ਭੇਟਾ 'ਚ ਦੇ ਦੇ। ਦੇਖੋ ਨਾ, ਧਨ ਦੀ ਗੱਲ ਨਹੀਂ ਕਹੀ, ਕਿਉਂਕਿ ਹੋ ਸਕਦਾ ਕਿਸੇ ਗਰੀਬ ਕੋਲ ਧਨ ਨਾ ਹੀ ਹੋਵੇ। ਉਹ ਕਿੱਥੋਂ ਦਏਗਾ ਜੀ? ਕਿੱਥੋਂ ਲੈ ਕੇ ਆਏਗਾ ਇੰਨਾ ਧਨ ਰੱਬ ਨੂੰ ਰਿਝਾਉਣ ਲਈ? ਕਹਿਣ ਲੱਗੇ ਤੇਰੇ ਕੋਲ ਤਨ ਮਨ ਤੇ ਹੈ ਨਾ, ਇਹ ਦੇ ਦੇ। ਪੂਜ ਸਤਿਗੁਰ, ਗੁਰੂ ਦੀ ਪੂਜਾ ਕਰ। ਹੁਣ ਇੱਥੇ ਹੋਰ ਬੇਨਤੀ ਸਮਝਿਓ, ਜਿਸ ਗੁਰੂ ਨੇ ਸਾਨੂੰ ਇੰਨੇ ਸੋਹਣੇ ਸ਼ਬਦ ਦਿੱਤੇ, ਹੁਣ ਜੇ ਅਸੀਂ ਇਹ ਕਹੀ ਜੀ ਅੰਦਰ ਦੀ ਪੂਜਾ 'ਤੇ ਗੱਲ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ, ਕਈ ਟੀਕਾਕਰਨ 'ਤੇ ਸਿਰਫ ਇਹੀ ਲਿਖਿਆ ਕਿ ਗੁਰੂ ਦਾ ਆਦਰ ਕਰ। ਹੁਣ ਜਿਹਦਾ ਆਦਰ ਕਰੀਏ ਉਹਨੂੰ ਕੱਪੜੇ ਪਾਉਣ ਨੂੰ ਚੰਗੇ ਦੇਈਦੇ ਨੇ ਨਾ, ਜਿਹਦਾ ਆਦਰ ਕਰੀਏ ਉਹਦੇ ਲਈ ਕਮਰਾ ਵਿਛਾਈ ਸੋਹਣੀ ਕਰੀ ਦੀ ਹੈ ਨਾ, ਜਿਹਦਾ ਆਦਰ ਕਰੀਏ ਉਹਨੂੰ ਆਪਣਾ ਆਪਣੇ ਵੱਲੋਂ ਵਿੱਤੋਂ ਵੱਧ ਅਸੀਂ ਸੇਵਾ ਕਰਨੇ ਹਾਂ। ਹੁਣ ਅਸੀਂ ਕਹੀ ਜੀ ਗੁਰੂ ਗ੍ਰੰਥ ਸਾਹਿਬ ਨੂੰ ਪੂਜੋ ਅਤੇ ਰੱਖ ਭਾਵੇਂ ਅਲਮਾਰੀ 'ਚ ਇਸ ਤਰ੍ਹਾਂ ਦਿਓ ਜਿਵੇਂ ਕਿਤਾਬਾਂ ਰੱਖੀਆਂ, ਇਹ ਪੂਜਾ ਹੈ? ਇਹ ਆਦਰ ਹੈ? ਇਹ ਤਾਂ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕੀਤੀ, ਅਸੀਂ ਸਮਝਦੇ ਹਾਂ ਗੁਰੂ ਗ੍ਰੰਥ ਸਾਹਿਬ ਜਿਵੇਂ ਸਾਡੀ ਟੈਕਸਟ ਬੁੱਕ ਹੈ, ਇਸੇ ਤਰ੍ਹਾਂ ਇਹ ਕਿਤਾਬ ਹੈ, ਚੇਤੇ ਰੱਖਿਓ। ਗੁਰੂ ਗ੍ਰੰਥ ਸਾਹਿਬ ਉਹ ਸਮਰੱਥ ਗੁਰੂ ਨੇ ਜਿਨ੍ਹਾਂ ਨੂੰ ਜਪ ਜਪ ਕੇ ਕਰੋੜਾਂ ਕਮਾਈ ਵਾਲਿਆਂ ਨੇ ਇਹਦੇ ਵਿੱਚੋਂ ਜਨਮ ਲਿਆ ਸੀ। ਤੁਹਾਡੇ ਆਪਾਂ ਦੇਖਦੇ ਹਾਂ ਜਿਹੜੀ ਸਾਇੰਸ, ਇਹ ਹੀ ਕਹਿੰਦੇ ਨਾ ਆਪ ਪੜ੍ਹੇ ਲਿਖੇ ਤਾਂ ਉਹ ਡਰਦੇ ਮਾਰੇ ਕਹਿੰਦੇ ਨੇ ਆਦਿ, ਕਈ ਤਾਂ ਇਕੱਲੇ ਆਦਿ ਗ੍ਰੰਥ ਹੀ ਕਹਿੰਦੇ, ਗੁਰੂ ਨਹੀਂ ਕਹਿਣ ਨੂੰ ਤਿਆਰ। ਕਈ ਟੈਕਸਟ ਬੁੱਕ ਸ਼ਬਦ ਵਰਤ ਲੈਣਗੇ, ਪਰ ਉਹਨਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ। ਇੱਕ ਥੀਸਿਸ ਕਿਸੇ ਨੇ ਲਿਖਿਆ, ਆਹ ਜਿਹੜੇ ਅੱਜ ਸਾਇੰਸ ਦੇ ਫਾਰਮੂਲੇ ਨੇ ਜਾਂ ਗਣਿਤ ਦੇ ਫਾਰਮੂਲੇ ਨੇ, ਕੱਲ੍ਹ ਨੂੰ ਨਵਾਂ ਉੱਠ ਕੇ ਉਹਨੂੰ ਚੇਂਜ ਕਰ ਸਕਦਾ ਹੈ, ਅਤੇ ਜਿੱਥੇ ਅੱਜ ਕਿਤਾਬਾਂ ਨਿਊਟਨ ਦੀਆਂ ਰੱਖੀਆਂ ਨੇ, ਕੱਲ੍ਹ ਨਿਊਟਨ ਤੋਂ ਅੱਗੇ ਵੀ ਕੋਈ ਨਿਕਲ ਸਕਦਾ, ਨਿਊਟਨ ਦੇ ਸਿਧਾਂਤ ਨੂੰ ਹੀ ਖੰਡਨ ਕਰ ਸਕਦਾ, ਉਹ ਕਿਤਾਬਾਂ ਚੇਂਜ ਹੋ ਜਾਣਗੀਆਂ। ਪਰ ਚੇਤੇ ਰੱਖਿਓ, ਇਹ ਮੇਰਾ ਸਮਰੱਥ ਗੁਰੂ ਨਿੱਤ ਨਵੇਂ ਰਹਿੰਦੀ ਦੁਨੀਆ ਤੱਕ ਇਹਦਾ ਸਿਲੇਬਸ ਨਹੀਂ ਚੇਂਜ ਹੋਣਾ, ਇਹ ਤਾਂ ਕਮਾ ਕੇ ਚੱਲਣਾ ਪੈਣਾ। ਪੂਜ ਸਤਿਗੁਰ, ਜੇ ਆਪਣਾ ਕੱਪੜਾ, ਮੇਰੇ ਬੱਚਿਆਂ ਦੇ ਕੱਪੜੇ ਤਾਂ 15-15 ਹਜ਼ਾਰ ਦੇ ਸੂਟ, ਛੱਡੋ ਜੀ ਗੁਰੂ ਸਾਹਿਬ ਨੂੰ ਕਿਹੜੀ ਠੰਡ ਲੱਗਦੀ, ਸਰਦੀ ਲੱਗਦੀ, ਲੈ ਜਾਓ ਇੱਥੇ
50 ਰੁਪਈਏ ਦਾ ਲੱਠ ਹੀ ਲੈ ਜਾਓ, ਇਹ 'ਚ ਕੋਈ ਸ਼ੱਕ ਨਹੀਂ। ਜਿਹਦੇ ਕੋਲ ਵਿੱਤ ਨਹੀਂ ਉਹਦਾ ਲੱਠਾ ਵੀ ਪ੍ਰਵਾਨਕ ਹੈ। ਅਤੇ ਜੇ ਤੂੰ ਅਰਬਾਂ ਪਤੀ ਹੈ ਫਿਰ ਗੁਰੂ ਦਾ ਬਾਹਰੋਂ ਵੀ ਸਤਿਕਾਰ ਕਰ, ਅਤੇ ਚੇਤੇ ਰੱਖੀ ਇਕੱਲੇ ਚੰਦੋਵੇ ਅਤੇ ਚੌਰੇ ਨਾ ਸੋਨੇ ਦੀ ਬਣਾਉਂਦਾ ਰਹੀਂ, ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਦੀ ਗੱਲ ਵੀ ਮੰਨੀ, ਸਹੀ ਅਰਥਾਂ 'ਚ ਪੂਜਾ ਇਹ ਹੋਵੇਗੀ। ਬਾਹਰੋਂ ਰੱਜ ਕੇ ਸਤਿਕਾਰ ਕਰ। ਜੇ ਆਪਾਂ ਦੇਖਦੇ ਹਾਂ ਆ ਸਤੰਬਰ ਦਾ ਮਹੀਨਾ ਆ ਰਿਹਾ, ਗੁਰਮੁਖ ਮਨਾਉਂਦੇ ਨੇ ਸਤੰਬਰ ਦੇ ਮਹੀਨੇ ਵਿੱਚ, ਅਸੀਂ ਪੁਰਬ ਮਨਾਉਂਦੇ ਹਾਂ ਵੱਡੇ ਪੱਧਰ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ। ਧੰਨ ਗੁਰੂ ਅਰਜਨ ਸਾਹਿਬ ਸਮਰੱਥ ਨੇ, ਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਪੁੱਛਿਆ ਸੀ, ਪੁੱਛਣ ਸਿੱਖ ਅਰਦਾਸ ਕਰ, 6 ਮਹਿਲਾਂ ਤੱਕ ਦਰਸ਼ ਨਿਹਾਰੀ, 6 ਪਾਤਸ਼ਾਹੀਆਂ ਦੇ ਸਰੀਰ ਦੇਖੇ ਨੇ। ਅਗਾਂਹ ਸਾਹਿਬ ਕਹਿਣ ਲੱਗੇ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁੱਖ 'ਤੇ ਸੁਣੋ ਸੰਸਾਰੀ, ਕਲਯੁਗ ਪੀੜ੍ਹੀ ਸੋਢੀਆਂ ਅਵਚਲ ਨੀਵ ਉਸਾਰ ਖਿਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ ਦਾ ਅਰਥ ਹੈ 2, ਤੁਸੀਂ 6 ਤੱਕ ਦੇਖੇ ਨੇ, 4 ਹੋਰ ਦੇਖੋਗੇ ਪਿਆਰਿਓ। ਸਿਰਫ ਅਸੀਂ ਕਹਾਣੀ ਸਾਖੀ ਮੈਂ ਵੀ ਸੁਣਾ ਦੇਣੀ ਉਦਣ ਕਿ ਗੁਰੂ ਸਾਹਿਬ ਆਪ ਜ਼ਮੀਨ 'ਤੇ ਆਸਣ ਲਾਇਆ ਅਤੇ ਕੋਠਾ ਸਾਹਿਬ ਵਿੱਚ ਪਲੰਗ 'ਤੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਕੀਤੇ। ਜੇ ਉੱਥੇ ਪਲੰਗ 'ਤੇ ਬਿਰਾਜਮਾਨ ਪ੍ਰਵਾਨ ਨੇ ਅਤੇ ਜੇ ਇੱਥੇ ਪਲੰਗ 'ਤੇ ਕੋਈ ਬਿਰਾਜਮਾਨ ਕਰਦਾ ਤਾਂ ਫਿਰ ਪਤਾ ਨਹੀਂ ਕਿਉਂ ਸਾਨੂੰ ਖੁਰਕ ਹੁੰਦੀ ਹੈ ਜੀ, ਕਿਉਂ ਗੁਰੂ ਨੂੰ ਪਲੰਗ ਦੀ ਕੀ ਲੋੜ। ਚੇਤੇ ਰੱਖੀ ਗੁਰੂ ਨੂੰ ਤੇਰੀ ਵੀ ਕੋਈ ਲੋੜ ਨਹੀਂ, ਗੁਰੂ ਤਾਂ ਆਪਣੇ ਆਪ ਵਿੱਚ ਮੁਕੰਮਲ ਹੈ, ਤੈਨੂੰ ਲੋੜ ਹੈ ਗੁਰੂ ਦੀ, ਗੁਰੂ ਤੋਂ ਬਿਨਾਂ ਨਹੀਂ ਤੇਰਾ ਸਰਨਾ। ਗੁਰੂ ਤਾਂ ਪਾਰ ਬ੍ਰਹਮ ਪਰਮੇਸ਼ਰ ਹੈ, ਉਹਨੂੰ ਕਿਸੇ ਨੇ ਬਣਾਉਣਾ ਨਹੀਂ, ਉਹਨੂੰ ਕਿਸੇ ਨੇ ਥਾਪਣਾ ਨਹੀਂ, ਉਹ ਸਾਡਾ ਮੁਥਾਜ ਨਹੀਂ ਵੀ ਇੰਨੇ ਲੋਕ ਆਉਣ 'ਤੇ ਤਾਂ ਮੇਰੀ ਮਾਨਤਾ ਹੈ, ਨਹੀਂ ਪਿਆਰਿਓ। ਸਮਝੋ ਪੂਜ ਸਤਿਗੁਰ, ਸਤਿਗੁਰ ਦਿਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ।